ਕੁਛ ਹੋਰ ਰਹਿ ਗਿਆ ਸੀ ਉਹ ਵੀ ਚੱਕ ਲੈਣਾ ਸੀ ਹੈ ਰੱਖ ਲਾ ਸਮਾਨ ਰੱਖ ਲਾ ਇੱਧਰ ਟਾਇਰ ਪਿਆ ਸੀ ਇੱਧਰ ਨਾ ਰੱਖੀ ਉੱਧਰ ਹੀ ਹੈਗੀ ਆ ਜਗ੍ਹਾ ਟਾਈਮ ਹੀ ਨੀ ਲੱਗਦਾ ਯਾਰ ਵਲੌਗ ਹੀ ਇੰਨੇ ਦਿਨ ਬਾਅਦ ਕਰ ਰਹੇ ਹਾਂ ਤੇ ਇੱਥੋਂ ਹਿਸਾਬ ਲਾ ਲਓ ਹਨਾ ਹੋਰ ਸੋਹਣਾ ਲੱਗ ਰਿਹਾ ਬਸ ਮੈਨੂੰ ਇੱਕ ਕਮੈਂਟ ਆਉਣਾ ਵਾ ਕਿ ਕੰਘੀ ਵਾਲ ਲੈਣੀ ਸੀ ਘੁੰਗਰੂ ਵਾਲੇ ਵਾਲਾਂ ਵਾਲੀ ਲੈ ਜਾ ਉਹ ਵਾਲ ਹੀ ਇਦਾਂ ਵਾ ਹਨਾ ਮੌਸਮ ਕਿਹੜਾ ਅੱਜ ਸੋ ਖੋਲ ਲਈਏ ਇਸਕੋ ਖੋਲਤੇ ਹੈ ਆਪ ਪਕੜੀਏ ਫੋਨ ਕੋ ਸੋ ਆਪਾਂ ਦੋਨੋਂ ਮੀਆਂ ਬੀਬੀ ਬਹੁਤ ਟਾਈਮ ਬਾਅਦ ਤਿਆਰ ਸ਼ਹਿਰ ਹੋ ਕੇ ਨਿਕਲੇ ਹਾਂ ਤੇ ਬਾਕੀ ਮੇਰੇ ਵਾਲਾਂ ਨੂੰ ਦੱਸਿਓ ਕਿ ਕਿਵੇਂ ਲੱਗ ਰਿਹਾ ਹੈ ਨੋ ਮੈਸੀ ਆ ਪਰ ਜਸ ਨੂੰ ਵਧੀਆ ਲੱਗੇ ਸੀ ਕੱਲ ਮੈਂ ਆਫਿਸ ਕਰਕੇ ਗਈ ਸੀ ਐਵੇਂ ਸੋ ਹੀ ਸੈਡ ਕਿ ਐਵੇਂ ਹੀ ਰੱਖਣੇ ਮੈਂ ਪੁੱਛਿਆ ਸੀ ਕਿ ਮੈਂ ਧੋਵਾਂ ਸੋਹਣੇ ਲੱਗਦੇ ਘੁੰਗਰੂ ਵਾਲੇ ਵਾਲ ਘੁੰਗਰੂ ਵਾਲੇ ਨਹੀਂ ਨੂਡਲ ਹੇਅਰ ਕਹਿ ਸਕਦੇ ਆ ਚੱਲ ਹੈ ਤਾਂ ਉਹੀ ਹੈ ਕੁੰਡਰਾਲੇ ਸੋ ਸੋਹਣੇ ਲੱਗਦੇ ਬਾਕੀ ਕਾਫੀ ਟਾਈਮ ਬਾਅਦ ਅੱਜ ਵਲੌਗ ਕਰ ਰਹੇ ਆ ਤੇ ਪੂਰੇ ਅੱਜ 40-45 ਦਿਨ ਬਾਅਦ ਵਲੌਗ ਪਾ ਰਹੇ ਆ ਸੋ ਆਪਾਂ ਸੋ ਕਾਫੀ ਬਿਜ਼ੀ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਸੋ ਤੁਹਾਨੂੰ ਦੱਸਾਂਗੇ ਕਿਉਂ ਬਿਜ਼ੀ ਸੀ ਐਂਡ ਉਹਨਾਂ ਚੀਜ਼ਾਂ ਤੇ ਵੀ ਵਲੌਗ ਆਣਗੇ ਹੁਣ ਤੇ ਬਾਕੀ ਅੱਜ ਦਾ ਵਲੌਗ ਤੁਹਾਨੂੰ ਪਤਾ ਲੱਗ ਹੀ ਜਾਣਾ ਟਾਈਟਲ ਤੇ ਥੰਬਨੇਲ ਦੇਖ ਕੇ ਸੋ ਘੁੰਮਣ ਫਿਰਨ ਚੱਲੇ ਆ ਕਾਫੀ ਟਾਈਮ ਬਾਅਦ ਥੋੜੀ ਬ੍ਰੇਕ ਲਈ ਆ ਬੜਾ ਮੁਸ਼ਕਿਲ ਜਿਹੀ ਮਿਲਦਾ ਸਾਨੂੰ ਟਾਈਮ ਸੋ ਟਾਈਮ ਕਾਫੀ ਬਿਜ਼ੀ ਚੱਲਦਾ ਰਿਹਾ ਵਾ ਕੰਮਾਂ ਕਾਰਾਂ ਕਰਕੇ ਤੇ ਅੱਜ ਨਿਕਲੇ ਆ ਤੇ ਅੱਜ ਮੌਸਮ ਵੀ ਘੈਂਟ ਆ ਤੇ ਆਪਾਂ ਵੀ ਘੈਂਟ ਘੈਂਟ ਹੋ ਗਏ ਆ ਰੈਡੀ ਤੇ ਬਹੁਤ ਸਾਰੇ ਮੈਸੇਜ ਕਮੈਂਟ ਬਹੁਤ ਲਾਈਕ ਪਰਸਨਲੀ ਵੀ ਲੋਕਾਂ ਨੇ ਮੈਸੇਜ ਕੀਤੇ ਆ ਆਪਣੇ ਫਰੈਂਡਸ ਨੇ ਵੀ ਬਹੁਤ ਮੈਸੇਜ ਆ ਰਹੇ ਕਿ ਤੁਸੀਂ ਵਲੌਗਿੰਗ ਛੱਡ ਦਿੱਤੀ ਕਿ ਤੁਸੀਂ ਠੀਕ ਹੋ ਜਾਂ ਕਿਵੇਂ ਆ ਕਿਸ ਬਹੁਤ ਟਾਈਮ ਤੋਂ ਆਪਾਂ ਵਲੌਗ ਬਿਲਕੁਲ ਵੀ ਪੋਸਟ ਨਹੀਂ ਕਰ ਰਹੇ ਤੇ ਉਹਦੀ ਵੀ ਕੋਈ ਵਜ੍ਹਾ ਸੀ ਦੱਸ ਓਕੇ ਹੋ ਗਿਆ ਜੋ ਹੋਣਾ ਸੀ ਸੋ ਪੋਜ਼ਿਟਿਵ ਚੀਜ਼ਾਂ ਕੁਝ ਲਾਈਫ ਚ ਆਈਆਂ ਆਬਵੀਅਸਲੀ ਜ਼ਿਆਦਾ ਟਾਈਮ ਜਿਹੜਾ ਆਪਾਂ ਟਾਈਮ ਵਲੌਗਿੰਗ ਚ ਦਿੰਦੇ ਸੀ ਉਹ ਵੀ ਟਾਈਮ ਸਾਨੂੰ ਕੰਮ ਚ ਦੇਣਾ ਪਿਆ ਤੇ ਹੁਣ ਆਪਾਂ ਸਾਰਾ ਕੁਝ ਮੈਨੇਜ ਕਰ ਲਿਆ ਆ ਕੁਝ ਚੀਜ਼ਾਂ ਕਰੀਅਰ ਪਰਸਪੈਕਟਿਵ ਤੋਂ ਵੀ ਸੋਚ ਕੇ ਤੇ ਸਮ ਟਾਈਮਸ ਬੰਦੇ ਨੂੰ ਬ੍ਰੇਕ ਲੈਣੀ ਪੈਂਦੀ ਆ ਤੇ ਉਹੀ ਚੀਜ਼ ਸੀ ਸਾਡੇ ਨਾਲ ਬਾਕੀ ਹੁਣ ਖਿੱਚ ਕੇ ਰੱਖਾਂਗੇ ਕੰਮ ਫੇਰ ਤੋਂ ਤੇ ਵੈਲਕਮ ਬੈਕ ਹੋ ਗਿਆ ਸਾਡਾ ਵੀ ਲਓ ਜੀ ਸਾਡੇ ਵਲੌਗਸ 'ਚ ਬਹੁਤ ਟਾਈਮ ਬਾਅਦ ਤੁਸੀਂ ਕੈਨੇਡਾ ਵੇਖ ਲਓ ਆਖਰੀ ਕੁਛ ਕੁ ਵਲੌਗਸ ਦੇ ਵਿੱਚ ਆਬਵੀਅਸਲੀ ਕੈਨੇਡਾ ਬਹੁਤ ਡਿਪਰੈਸਿੰਗ ਦੇਖਣ ਨੂੰ ਮਿਲਿਆ ਹੋਊਗਾ ਲਾਈਕ ਸਨੋ ਹਨਾ ਸਾਰਾ ਸਨੋ ਕਰਕੇ ਬਾਹਰ ਦੇਖਣ ਨੂੰ ਦਿਲ ਨਹੀਂ ਕਰਦਾ ਫੇਰ ਸੋਹਣਾ ਸੋਹਣਾ ਹੋ ਗਿਆ ਹਨਾ ਗ੍ਰੀਨ ਗ੍ਰੀਨ ਸਾਰੀ ਹਰਿਆਲੀ ਹਰਿਆਲੀ ਜੀ ਵਧੀਆ ਲੱਗਦੀ ਸਮਰ 'ਚ ਘੈਂਟ ਹੋ ਜਾਂਦਾ ਤੁਸੀਂ ਪਿੰਕ ਪਿੰਕ ਬਣੇ ਅੱਜ ਮੈਂ ਯਾਰ ਇਹ ਜੈਕਟ ਪਾਉਂਗਾ ਉੱਤੇ ਜੈਕਟ ਵਾਲਾ ਮੌਸਮ ਨਹੀਂ ਵੈਸੇ ਬਾਹਰ ਜਿੱਥੇ ਜਾ ਰਹੇ ਉੱਥੇ ਲੋੜ ਪੈ ਜਾਣੀ ਓ ਯਾਰ ਹਨਾ ਪਰ ਉੱਥੇ ਵੀ ਠੀਕ ਹੋਊਗਾ ਹੁਣ ਮੌਸਮ ਅੱਜ ਠੀਕ ਆ ਜੇ ਠੀਕ ਹੋਇਆ ਫਿਰ ਸ਼ਰਟ ਹੀ ਚੱਲੂ ਨਹੀਂ ਤਾਂ ਫਿਰ ਪਾ ਲਾਂਗੇ ਜੈਕਟ ਬਾਕੀ ਬਾਹਰ ਮੌਸਮ ਬਹੁਤ ਇਸ਼ਕ ਹੋਇਆ ਪਿਆ ਪੂਰਾ ਘੈਂਟ ਹੁਣ ਸਮਰ ਹੈਗੀਆਂ ਇਹ ਸਮਰ ਆਪਾਂ ਘੁੰਮਾ ਫਿਰਾਂਗੇ ਹਰ ਜਗ੍ਹਾ ਤੇ ਜਿੱਥੇ ਜਿੱਥੇ ਦਾਲਤ ਜਾਵਾਂਗੇ ਕਿਉਂਕਿ ਹਰ ਵਾਰੀ ਸੋਚਦੇ ਆ ਯਾਰ ਸਮਰ 'ਚ ਜਾਵਾਂਗੇ ਪਿਛਲੀ ਵਾਲੀ ਜਿਹੜੀ ਸਮਰ ਸੀ ਉਹ ਤਾਂ ਸਾਡੀ ਬਿਲਕੁਲ ਮੇਰੀ ਸਟੱਡੀ ਦੇ ਵਿੱਚ ਨਿਕਲ ਗਈ ਸੀ ਕੁਝ ਇੰਡੀਆ ਜਾਣ ਦੀ ਪਲੈਨਿੰਗ ਸੀ ਪਿਛਲੀ ਸਮਰ 'ਚ ਵੀਰਜੀ ਦਾ ਵਿਆਹ ਸੀ ਸਮਰ 'ਚ ਮੈਨੂੰ ਯਾਦ ਆ ਆਪਾਂ ਨੂੰ ਜੇ ਇੱਕ ਛੁੱਟੀ ਆਉਂਦੀ ਸੀ ਉਹ ਆਪਾਂ ਨੂੰ ਸਾਰੀਆਂ ਜਾਣਾ ਪੈਂਦਾ ਸੀ ਅਰਸ਼ ਦੀ ਕਲਾਸ ਲਾਉਣ ਤੇ ਜੇ ਨਹੀਂ ਸੀਗਾ ਫਿਰ ਆਪਾਂ ਸ਼ਾਪਿੰਗ ਕਰਦੇ ਸੀ ਨਾ ਸ਼ਾਪਿੰਗ ਕਰਦੇ ਸੀ ਇਹਨਾਂ ਦਿਨਾਂ 'ਚ ਇੰਗੇਜਮੈਂਟ ਫਾਈਨਲ ਹੋ ਗਈ ਸੀ ਫਿਰ ਸਾਰਾ ਕੁਝ ਉਸ ਚੀਜ਼ ਨੂੰ ਵੀ ਸਾਲ ਹੋ ਜਾਣਾ ਹਾਂ ਚਲੋ ਵਧੀਆ ਆਜੋ ਮੈਂ ਕਿਹਾ ਸੋ ਟਾਈਮ ਹੋ ਗਿਆ ਜੀ 4:15 ਵਜ ਗਏ ਆ ਤੇ ਅੜੀ ਆ ਕੇ ਆਪਾਂ ਜਾਣਾ ਘੁੰਮਣ ਤੁਹਾਡੀ ਅੜੀਆਂ ਕਦੀ ਨਾਇਗਰਾ ਦੀ ਕਦੀ ਬਲੂ ਮਾਊਂਟੇਨ ਦੀ ਯਾਰ ਘੁੰਮਣ ਨੂੰ ਦਿਲ ਆ ਮਹਾ ਛੁੱਟੀ ਆਈ ਆ ਠੀਕ ਆ ਚੱਲ ਫਿਰ ਮੇਰੀ ਗੱਲ ਸੁਣ ਛੱਡ ਦੇ ਹਨਾ ਆਪਾਂ ਬਲੂ ਮਾਊਂਟੇਨ ਨਹੀਂ ਜਾਂਦੇ ਆਈਡੀਆ ਦੇ ਕੋਈ
ਨਹੀਂ ਬਲੂ ਮਾਊਂਟੇਨ ਨਹੀਂ ਜਾਣਾ ਨਹੀਂ ਬਲੂ ਮਾਊਂਟੇਨ ਹੀ ਜਾਏਗੇ ਤੂੰ ਤਾਂ ਟੌਰ ਨਾਲ ਬਹਿ ਕੇ ਜਾਣਾ ਵਾ ਹਮ ਜਾਏਂਗੇ ਬਲੂ ਮਾਊਂਟੇਨ ਹੀ ਜਾਏਂਗੇ ਸੋ ਆਪਾਂ ਚੱਲੇ ਹਾਂ ਜੀ ਬਲੂ ਮਾਊਂਟੇਨ 5 ਵਜੇ ਪਹੁੰਚਾਂਗੇ ਪਹਿਲਾਂ ਤੁਸੀਂ ਘਰੋਂ ਸਟੋਰ ਚੋਂ ਟਾਇਰ ਨਹੀਂ ਚੱਕੇ ਹੁਣ ਤੁਸੀਂ ਇੱਥੋਂ ਨਹੀਂ ਚੱਕ ਰਹੇ ਮੈਂ ਤਾਂ ਚੇਂਜ ਕਰਾਣੇ ਆ ਚੇਂਜ ਕਰਾਤੇ ਸੀ ਤਾਂ ਵੀ ਨਹੀਂ ਕਰ ਰਹੇ ਚੇਂਜ ਕਰਾਣੇ ਆ ਨਾ ਸੋਹਣੇ ਪਰ ਚਾਰਾ ਕਦੋਂ ਦਾ ਬੰਦਾ ਆਪਣਾ ਤਿਆਰ ਕਰਾ ਕੇ ਦਿਖਾਇਆ ਜੀ ਆਇਆਂ ਨੂੰ ਆਇਓ ਆਇਓ ਹੈਲੋ ਸਤਿ ਸ਼੍ਰੀ ਅਕਾਲ ਆਓ ਜੀ ਆਓ ਬੈਜੋ ਬੈਜੋ ਕਦੋਂ ਦਾ ਤਿਆਰ ਕਰਾ ਕੇ ਬਿਠਾਇਆ ਇਹਨਾਂ ਨੂੰ ਕਿੱਦਾਂ ਕੁੜੀਏ ਚਲੋ ਚੱਲੀਏ ਫਿਰ ਉਧਰ ਹੀ ਚੱਲੀਏ ਬਲੂ ਮਾਊਂਟੇਨ ਹਨਾ ਆ ਗੁੱਡੀ ਤਿਲਕਦੀ ਆ ਥੋੜਾ ਜਿਹਾ ਨਹੀਂ ਨਹੀਂ ਚੱਲ ਪੋ ਭਾਈ ਮੇਰੇ ਕੋ ਹੋਰ ਕੋਈ ਆਈਡੀਆ ਨਹੀਂ ਮੈਂ ਬਲੂ ਮਾਊਂਟੇਨ ਹੀ ਜਾਊਂਗੀ ਚਲੋ ਫਿਰ ਲਾਓ ਤੇਰੇ ਫੋਨ ਲੱਗਣਾ ਹੈ ਲੱਗਾ ਹੋਇਆ ਮੈਪ ਆਲਰੇਡੀ ਕਿ ਨਹੀਂ ਨਹੀਂ ਲੱਗਾ ਆ ਮੈਪ ਲੱਗਾ ਦੇਖ ਲਓ ਨਹੀਂ ਲੱਗਾ ਲਾ ਰਿਹਾ ਮਾ ਲਾ ਰਿਹਾ ਚਲ ਸੀ ਉਹ ਵਾਲਾ ਨਾ ਲਾਈ ਸਟਾਪ ਸਾਈਨ ਵਾਲਾ ਨਾ ਲਾਈ ਨਹੀਂ ਉਹ ਨਹੀਂ ਲਾਇਆ ਵਿਲੇਜ ਹੀ ਲਾਇਆ ਤੇ ਨਹੀਂ ਉਹ ਮੇਨ ਤੇ ਹੀ ਲਾਇਆ ਮੈਂ ਚਲੋ ਜੀ 5:40 ਤੇ ਪਹੁੰਚ ਰਹੇ ਆਪਾਂ ਚਲੋ ਹਾਂਜੀ ਫਿਰ ਦੀਦੀ ਕਿੰਨਾ ਟਾਈਮ ਰਹਿ ਗਿਆ ਟਾਈਮ ਕਿੰਨਾ ਰਹਿ ਗਿਆ ਬਈ ਟਾਈਮ ਤੇ ਮੈਂ ਅੱਜ ਦੇ ਦਿਨ ਪਹੁੰਚ ਜਾਵਾਂਗੇ ਨਹੀਂ ਵੈਸੇ ਆਪਾਂ 5:40 ਤੇ ਪਹੁੰਚਦੇ ਆ ਹਾਂ ਇਹ ਤਾਂ 4:40 ਤੇ ਨਹੀਂ ਹੋਏਗਾ ਸਿੱਧਾ ਹੀ ਜਾਣਾ ਕਿਤੇ ਨਹੀਂ ਪੜਦਾ ਸਿੱਧਾ ਹੀ ਜਾਣਾ ਪਰ 1 ਘੰਟਾ ਸਿੱਧਾ ਹੀ ਚਾਹੀ ਜਾਣਾ ਕੋਈ ਨਾ ਰਸਤੇ 'ਚ ਪਹਿਲਾਂ ਥਾਰ ਨੂੰ ਫੜਦੇ ਮੇਰੇ ਕੰਮ ਵਾਲਾ ਰਸਤਾ ਹੈ ਇਹ ਫ੍ਰਾਈਸ ਕੋਲੋਂ ਲੰਘ ਗਿਆ ਹਾਂਜੀ ਹਾਂਜੀ ਆ ਹਜੇ ਕੰਮ ਵਾਲਾ ਰਸਤਾ ਤੇ ਆ ਰਿਹਾ ਆਪਾਂ ਰੋਜ਼ ਇੰਨੀ ਦੂਰ ਆਉਂਦੇ ਆ ਕੰਮ ਤੇ ਦੇਖ ਖਾਣਾ ਪੀਣਾ ਤਾਂ ਜ਼ਰੂਰੀ ਆ ਪਹਿਲਾਂ ਜੇ ਤੂੰ ਆਣਾ ਮੈਂ ਤੈਨੂੰ ਛੱਡਣ ਆਣਾ ਜਸ ਪਹਿਲਾਂ ਮੈਂ ਛੱਡ ਕੇ ਜਾਂਦੇ ਆ ਫਿਰ ਆਪਣੇ ਕੰਮ ਤੇ ਜਾਂਦੇ ਫਿਰ ਵਿਚਾਰੇ ਮੈਨੂੰ ਲੈਣ ਵੀ ਆਉਂਦੇ ਆ ਫਿਰ ਆਪਾਂ ਘਰ ਜਾਂਦੇ ਆ ਸਾਡਾ ਸਹੀ ਇਹਨਾਂ ਨੂੰ ਵੀ ਹਾਰਡ ਵਰਕ ਕਰਦੇ ਸਰਕਾਰੀ ਡਰਾਈਵਰ ਰੱਖਿਆ ਮੈਂ ਮਤਲਬ ਤੁਹਾਡਾ ਇਹ ਐਵਰੀਡੇ ਸੇਮ ਰੂਟ ਆ ਨਾ ਸੇਮ ਰੂਟ ਆ ਸਹੀ ਆ ਤੁਸੀਂ ਲਾ ਲਓ ਮੈਂ ਤੁਹਾਨੂੰ ਮੋੜ ਦਿਖਾਉਂਦਾ ਜਿੱਥੋਂ ਅਸੀਂ ਡੇਲੀ ਮੁੜਦੇ ਆ ਪਰ ਆਪਾਂ ਪਿੱਛੋਂ ਕੈਨੇਡੀ ਵੱਲੋਂ ਹੋ ਜਾਂਦੇ ਇਹ ਮੇਨ ਤੋਂ ਹੀ ਆ ਆ ਇਥੋਂ ਔਰੇਂਜ ਵਿਲ ਸਟਾਰਟ ਹੋ ਜਾਂਦਾ ਉਹ ਦੇਖੋ ਸੀ ਮੈਂ ਔਰੇਂਜ ਵਿਲ ਕੰਮ ਕਰਦਾ ਹੈ ਤੇਰਾ ਉਹਦੇ ਚ ਕੈਨੇਡਾ ਚ ਪਰ ਆ ਇਹ ਔਰੇਂਜ ਵਿਲ ਚ ਜਾਂਦਾ ਹੈ ਹਾਂਜੀ ਹਾਂਜੀ ਬਟ ਬਹੁਤ ਸੋਹਣੀ ਰੋਡ ਆ ਹਨਾ ਤੇ ਵੈਦਰ ਵੀ ਬਹੁਤ ਸੋਹਣਾ ਅੱਜ ਜਦੋਂ ਆਪਾਂ ਨਵੇਂ-ਨਵੇਂ ਇੱਕ ਦੋ ਵਾਰੀ ਆਏ ਆ ਨਾ ਕੰਮ ਤੇ ਇੱਥੇ ਕੈਨੇਡਾ ਜਦੋਂ ਨਵੀਂ ਓਪਨਿੰਗ ਕੀਤੀ ਸੀ ਉਦੋਂ ਆਪਾਂ 1-2 ਵਾਰੀ ਆਏ ਯਾਰ ਰੋਡ ਬਹੁਤ ਸੋਹਣੀ ਆ ਬਹੁਤ ਹੀ ਸੋਹਣੀ ਆ ਹੁਣ ਹੁਣ ਕੰਮ ਨੂੰ ਗਿਆ ਹੁਣ ਹੁੰਦਾ ਯਾਰ ਨਹੀਂ ਆ ਯਾਰ ਜਿਹੜਾ ਰਾਈਟ ਆਪਾਂ ਇਥੋਂ ਰਾਈਟ ਹੋ ਜਾਂਦੇ ਆ ਅਰਸ਼ਦਾ ਜਮਾ ਇਥੋਂ 500 ਮੀਟਰ ਹੀ ਆ ਡੀਲਰਸ਼ਿਪ ਠੀਕ ਹੈ ਤੇ ਉਹ ਵਾਲੀ ਰੋਡ ਕਿੱਥੇ ਆ ਭਾਜੀ ਜਿੱਥੋਂ ਬਿਲਕੁਲ ਗੱਡੀ ਆਪਣੇ ਆਪ ਥੱਲੇ ਉਤਰ ਜਾਂਦੀ ਆ ਉਹ ਇਹਨੂੰ ਹੀ ਪਤਾ ਉਹ ਹੈਗੀ ਇੱਥੇ ਆਉਂਦੇ ਆ ਵਸਾਉਂਦੇ ਉਹ ਐਵੇਂ ਹੀ ਮਰੀ ਜਾਂਦੀ ਆ ਮੈਂ ਆਪੇ ਖਲਾ ਮੈਂ ਗੱਡੀ ਖਲਾਰੀ ਉਲਟਾ ਮੇਰੀ ਉਲਟਾ ਪਿੱਛੇ ਚਲ ਗਈ ਉਹ ਨਹੀਂ ਜੱਸ ਸੱਚੀ ਮੈਂ ਤੇ ਕਮਲ ਜਾਂ ਮੈਂ ਖਲਾਰੀ ਗਲਤ ਜਗ੍ਹਾ ਤੇ ਹੀ ਉਹ ਸੱਚੀ ਗੱਲ ਆ ਉਹਨਾਂ ਨੇ ਗੱਡੀ ਖਲਾਰੀ ਗੱਡੀ ਆਪਣੇ ਆਪ ਜਾ ਰਹੀ ਤੇ ਇੱਕਦਮ ਲਈ ਬੰਦੇ ਨੂੰ ਡਰ ਵੀ ਲੱਗਦਾ ਕਿ ਗੱਡੀ ਆਪਣੇ ਆਪ ਕਿਵੇਂ ਚੱਲ ਸਕਦੀ ਹੈ ਭੂਤ ਪਾਤ ਹੈ ਉਹਨਾਂ ਦੇ ਪੈਰ ਜਮਾ ਐਵੇਂ ਸੀਗੇ ਮੈਂ ਖੁਦ ਵੇਖਿਆ ਗੱਡੀ ਨਿਊਟਰਲ ਤੇ ਆ ਬਿਲਕੁਲ ਬਿਲਕੁਲ ਬਸ ਆਪਣਾ ਆਲ ਟਾਈਮ ਫੇਵਰੇਟ ਜੂਨੀਅਰ ਚਿਕਨ
ਹਾਂਜੀ ਹਾਂਜੀ ਮੈਂ ਨਾ ਬਹੁਤ ਘੱਟ ਕਰਦੀ ਹਾਂ ਕਿ ਇਤਨਾ ਅੱਛਾ ਮਜ਼ਾਕ ਕੀਤੀ ਆ ਫਿਰ ਦੀਦੀ ਤੁਸੀਂ ਅੱਖਾਂ ਕੱਢ ਕੇ ਕਾਹਦੇ ਕਹਿ ਰਹੇ ਹੋ ਕੀਤੀ ਆ ਠੀਕ ਹੈ ਚਲੋ ਆਪਾਂ ਹੁਣ ਪਹੁੰਚ ਗਏ ਮੈਕਡੋਨਲਡਸ ਤੇ ਲਈਏ ਕੁਛ ਖਾਣ ਨੂੰ ਖਾਣਾ ਕੀ ਦੱਸ ਵੀ ਵਾਰੀ ਐਕਸਪਲੇਨ ਕਰਤਾ ਹੁਣ ਕੀ ਕਹਾਂ ਤੁਹਾਨੂੰ ਅੱਛਾ ਅਸੀਂ ਘਰ ਚਲ ਜਾਂਦੇ ਹਾਂ ਅਰਸ਼ ਪਹਿਲਾਂ ਜਦੋਂ ਬਾਈ ਜੀ ਤੇ ਹੁੰਦੀ ਸੀ ਨਾ ਇਹ ਅਰਸ਼ ਨੂੰ ਪਤਾ ਮੈਂ ਕੀ ਕਹਿਣਾ ਇਹਨੇ ਨਾ ਜਦੋਂ ਸਾਡੇ ਵੀਲਸ ਵਾਲਾ ਜਿਹੜਾ ਸਾਰਾ ਸਟੋਰ ਸੀ ਉਹ ਪਿੱਛੇ ਹੁੰਦਾ ਸੀ ਜਦੋਂ ਕਸਟਮਰ ਨੇ ਆਉਣਾ ਇਹਨੇ ਇਹ ਧੋਣ ਹੱਥ ਘੁਮਾ ਕੇ ਪਛਾਣ ਨੂੰ ਪਿੱਛੇ ਚੱਲ ਜਾਓ ਸਾਰੇ ਯਾਰ ਹੋਰ ਕੀ ਕੀ ਗਾ ਬਸ ਮੇਰੀਆਂ ਫਰਾਈਜ਼ ਵਿੱਚ ਜਿਹੜੀਆਂ ਡਿੱਗੀਆਂ ਉਹ ਮੈਂ ਖਾਊਂਗੀ ਹਾਂ ਆਹ ਹੋਰ ਲੈ ਲਓ ਮੈਂ ਇੰਨੀਆਂ ਨਹੀਂ ਖਾਣੀਆਂ ਹੈਗੀਆਂ ਵਾ ਨਹੀਂ ਨਹੀਂ ਗਾਈਜ਼ ਉਦਾਂ ਵੀ ਮੈਂ ਇੰਨੀਆਂ ਨਹੀਂ ਲੈ ਲਾਂਗੇ ਟੈਨਸ਼ਨ ਨਹੀਂ ਲੈਣੀ ਮੈਂ ਗੁੱਸਾ ਕਰ ਲਿਆ ਹਾਂ ਹਾਂਜੀ ਹਾਂਜੀ ਬਿਲਕੁਲ ਯਾਰ ਆਪਾਂ ਰੁਕ ਕੇ ਗਏ ਆਪਾਂ ਨਾਲ ਨਾਲ ਚੱਲਦੇ ਹਾਂ ਨਾ ਹਾਂਜੀ ਆ ਬੋਤਲ ਸੁੱਟੋ ਉਧਰ ਚਿਕਨ ਖਾ ਲਓ ਬਸ ਪਹਿਲਾਂ ਜੁਨੀਅਨ 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 ਸੋ ਮਚ ਗਾਈਜ਼ ਨਹੀਂ ਨਹੀਂ ਅਰਜੀ ਲਿਖ ਕੇ ਦੋ ਦੇਖੋ ਹੁਣ ਵੀ ਤੁਸੀਂ ਕੋਕ ਲਾਰਜ ਕਹੀ ਸੀ ਆਪਾਂ ਮੀਡੀਅਮ ਸੋਰੀ ਸਮਾਲ ਮੰਗਾਈ ਆ ਕੋਕ ਨੂੰ ਲੈ ਕੇ ਬਹੁਤ ਸੀਰੀਅਸ ਆ ਵੀ ਹੌਸਲਾ ਹੀ ਆ ਦਿਲ ਨੂੰ ਤੁਸੀਂ ਮੰਨ ਗਿਆ ਮੰਨ ਗਿਆ ਮੰਨਣੀ ਨੀ ਮੇਰੀ ਤਾਰੀਫ ਤੁਸੀਂ ਕਰਨੀ ਨੀ ਹਾਂ ਮੰਨ ਗਿਆ ਚਲੋ ਚੱਲੀਏ ਚੱਲੀਏ ਸਾਨੂੰ ਮਿਲ ਗਈ ਰਸਤੇ ਚ ਘੈਂਟ ਜੀ ਲੋਕੇਸ਼ਨ ਤੇ ਉਤਰ ਗਏ ਨੇ ਫੋਟੋ ਸ਼ੂਟ ਕਰਨ ਵਾਸਤੇ ਆ ਜਾਓ ਸਾਰੇ ਸੈਟਿੰਗ ਜੀ ਕਰੀ ਜਾਂਦੇ ਆ ਕੀ ਹੋਇਆ ਫਿਰ ਕੀ ਹੋਇਆ ਕਿੰਨਾ ਸੋਹਣਾ ਯਾਰ ਪੱਕਾ ਪਤੰਦਰੋ ਪ੍ਰਾਈਵੇਟ ਪ੍ਰੋਪਰਟੀ ਤੇ ਨਹੀਂ ਨਾ ਹੈਗੀ ਉਹ ਲਿਖਿਆ ਜੇ ਉਹ ਵੇਖ ਲਓ ਉਹ ਵੇਖੋ ਪ੍ਰਾਈਵੇਟ ਪ੍ਰੋਪਰਟੀ ਆ ਭਾਜੋ ਭਾਜੋ ਆ ਵੇਖ ਲਓ ਇਹਨਾਂ ਦਾ ਕੰਮ ਪਰ ਯਾਰ ਪਰ ਇੱਕ ਗੱਲ ਆ ਓਏ ਯਾਰ ਇੱਕ ਗੱਲ ਆ ਉਹ ਉੱਥੇ ਲਿਖਿਆ ਵਾ ਇੱਧਰ ਤਾਂ ਲਿਖਿਆ ਉਹਨਾਂ ਨੇ ਆਹੀ ਪੱਥਰ ਚੁੱਕ ਕੇ ਮਾਰਨੇ ਆ ਅਕੋਰਡਿੰਗ ਟੂ ਮਾਰਨੇ ਆ ਇੱਥੇ ਤਾਂ ਖਲੋ ਹੀ ਸਕਦੇ ਆ ਆ ਪੱਥਰਾਂ ਤੋਂ ਇੱਧਰ ਇੱਧਰ ਤਾਂ ਹੈਗੀ ਨੀ ਕਿ ਨਹੀਂ ਯਾਰ ਐਵੇਂ ਟਾਈਮ ਵੇਸਟ ਕੀਤਾ ਚਲੋ ਉਹ ਕੱਲਾ ਉਹਨਾਂ ਦਾ ਦਰਖਤ ਹੋਣਾ ਫਿਰ ਆਹੋ ਇਹਨਾਂ ਦੀ ਗੱਲ ਪਸੰਦ ਨਹੀਂ ਆਈ ਸਾਨੂੰ ਸਾਨੂੰ ਇਹ ਬੰਦੇ ਹੀ ਨਹੀਂ ਵਧੀਆ ਲੱਗੇ ਪਸੰਦ ਹੀ ਨਹੀਂ ਆਏ ਸਾਨੂੰ ਇਹ ਬੰਦੇ ਆਹੋ ਦਸ ਬੰਦਾ ਪੁੱਛੋ ਤੁਸੀਂ ਫਿਰ ਇੱਥੇ ਇੱਕ ਅੱਧੇ ਪੱਥਰ ਤੇ ਲਾਓ ਪਰ ਜਿਹਨੇ ਇੰਨੀ ਸੋਹਣੀ ਉਹ ਪੌਂਡ ਜਿਹਾ ਬਣਾਇਆ ਕਿੰਨਾ ਘੈਂਟ ਹੋਊਗਾ ਨਾ ਯਾਰ
ਨਹੀਂ ਮਜ਼ਾ ਨਹੀਂ ਆਇਆ, ਟਾਈਮ ਵੇਸਟ ਹੋਇਆ। ਚਲੋ ਲਾਓ ਦੁਬਾਰਾ। ਮੈਂ ਦਾਣਾ ਪਾਣੀ ਸੀਗਾ ਸਾਡਾ ਉੱਤਰ ਕੇ ਅਸੀਂ ਨਾ, ਇਹਨਾਂ ਨੇ ਦਾਣਾ ਪੁੱਛਿਆ ਨਾ ਪਾਣੀ ਪੁੱਛਿਆ। ਆਓ ਚਲੋ ਯਾਰ, ਐਵੇਂ ਟਾਈਮ ਵੇਸਟ ਹੋ ਗਿਆ ਯਾਰ। ਚਲੋ ਵੀ ਚਲੋ, ਮੇਰੀ ਵੀ ਜੈਕਟ ਪਵਾਈ ਇਹਨਾਂ ਨੇ। ਉਤਰਨ ਦਾ ਡਿਸੀਜਨ ਤੁਹਾਡਾ, ਅਸੀਂ ਨਾਲ ਤੁਹਾਡੇ ਉਤਰੇ ਆਪਕਾ ਹੀ ਫੈਸਲਾ। ਹਮ ਤੋ ਆ ਕਿਰਾ ਮੰਡੀ ਦੇ ਸਾਈਡ ਇਫੈਕਟ। ਵੀਊ ਬਹੁਤ ਸੋਹਣਾ ਸੋਹਣਾ ਆ ਰਿਹਾ, ਮੌਸਮ ਦੇ ਨਾਲ ਵੀਊ ਬਹੁਤ ਸੋਹਣਾ ਲੱਗ ਰਿਹਾ। ਕੈਂਟ ਕੈਂਟ ਪਰ ਜਿੰਨੇ ਨੂੰ ਆਪਾਂ ਪਹੁੰਚ ਰਹੇ ਹਾਂ ਉਹਨਾਂ ਨੇ ਰਾਹ ਇਹਨਾਂ ਅੱਧਾ ਨਹੀਂ ਹੁੰਦਾ ਜੀ। 8 ਵਜੇ ਤੱਕ ਬਹੁਤ ਸੋਹਣਾ ਆ ਰਿਹਾ, 8 ਵਜੇ ਤੱਕ ਤਾਂ ਹਨੇਰਾ ਪੈਂਦਾ ਹੁਣ 8-9 ਵਜੇ ਹੁਣ, ਪਰ ਵੀਊ ਬਹੁਤ ਸੋਹਣੇ ਸੋਹਣੇ ਨੇ ਰਹੇ ਆ। ਆਪਾਂ ਇੱਥੇ ਉੱਤੇ ਜਾਣਾ ਨਾ ਨਾ, ਜੇ ਤਾਂ ਉਹਦੀ ਚੱਲਦੀ ਹੋਈ ਰਾਈਡ ਚੱਲਦਾ ਨਹੀਂ ਰਹੀ ਮੈਨੂੰ ਜਿੱਥੇ ਤੱਕ ਲੱਗਦਾ, ਬੰਦੀ ਪਈ ਹੈ ਮੈਨੂੰ ਲੱਗਦਾ। ਬਟ ਦੇਖਦੇ ਆ ਜਾ ਕੇ ਪਤਾ ਲੱਗੂਗਾ। ਹੁਣ ਤਾਂ ਇੱਕ ਨਹੀਂ ਇਹ ਵਾਲੀ, ਇੱਕ ਉਹਦੇ ਅੱਗੇ ਆ, ਉਹ ਦੇਖੋ ਓਕੇ ਵਾਲੀ, ਹਾਂ ਉਹ ਦੇਖੋ ਸ਼ਾਇਦ ਉਹ ਚੱਲਦੀ ਹੋਵੇ। ਚੱਲ ਉਹ ਵੀ ਨਹੀਂ ਰਹੀ ਜਿੱਥੇ ਤੱਕ ਮੈਨੂੰ ਲੱਗਦਾ, ਹਾਂ ਬੰਦ ਪਈਆਂ ਨੇ। ਦੇਖਦੇ ਆ, ਟਰਾਈ ਕਰਕੇ ਦੇਖਦੇ ਆ ਜਾ ਕੇ, ਪਹੁੰਚ ਚੱਲੇ 2 ਕਿਲੋਮੀਟਰ ਹੀ ਆ ਬਸ। ਆਪਾਂ ਇਸ ਵਾਰ ਦੂਜੇ ਰਸਤੇ ਤੋਂ ਆਏ ਆ, ਪਹਿਲਾਂ ਆਪਾਂ ਦੂਜੇ ਰਸਤੇ ਤੋਂ ਆਏ ਸੀ ਪਹਿਲਾਂ, ਪਰ ਆਪਾਂ ਕਾਫੀ ਘੁੰਮ ਫਿਰ ਕੇ ਗਏ ਸੀ ਨਾ ਪਿਛਲੀ ਵਾਰੀ। ਸੋ ਆਪਾਂ ਪਹੁੰਚ ਗਏ ਜੀ ਬਲੂ ਮਾਊਂਟੇਨ, ਬਹੁਤ ਵਧੀਆ ਮਾਹੌਲ ਆ ਇੱਥੇ। ਅੱਜ ਸੰਡੇ ਆ ਪਰ ਰਸ਼ ਇੰਨਾ ਜ਼ਿਆਦਾ ਨਹੀਂ, ਘੁੰਮਣ ਨੂੰ ਵਧੀਆ ਆਪਾਂ ਨੂੰ ਮਿਲ ਜੂਗਾ। ਹੁਣ ਪਤਾ ਨਹੀਂ ਹੈ ਬੀਬੀਆਂ ਉਹ ਟਿਕਟ ਕਾਹਦੀ ਲੈਣ ਜਾ ਰਹੀਆਂ, ਉਹ ਗੰਡੋਲਾ। ਠੀਕ ਹੈ ਠੀਕ ਹੈ ਠੀਕ ਹੈ, ਚਲੋ ਨਾਈਸ ਘੈਂਟ ਆ ਪੂਰਾ ਮਾਹੌਲ ਗਾਈਸ। ਆਪਾਂ ਪਿਛਲੀ ਵਾਰੀ ਵੀ ਲੇਟ ਆਏ ਸੀ, ਪਰ ਚਲੋ ਓਦਾਂ ਘੁੰਮ ਫਿਰ ਲੈਣੇ, ਮਾਹੌਲ ਚਾਲ ਦੇਖ ਲੈਣੇ। ਹੈਂ ਕਿਹੜੇ ਚ ਆ, ਚਲੋ ਬਾਕੀ ਓਦਾਂ ਮਾਹੌਲ ਵਧੀਆ ਆ। ਆਹ ਚੀਕਾਂ ਹੀ ਮਾਰੀ ਜਾਂਦਾ ਯਾਰ ਇਹਨਾਂ ਨੇ ਲਾਇਆ ਕੀ। ਮੈਂ ਵੀ ਕਿਹਾ ਅਰਸ਼ਨ ਨੂੰ, ਮੈਂ ਕਿਹਾ ਉਹਨੂੰ ਫੋਨ ਕਰ, ਉਹ ਤਾਂ ਭੱਜ ਗਈ ਕੁੜੀ ਵਿਚਾਰੀ। ਭੁੱਖ ਤਾਂ ਨਹੀਂ ਲੱਗੀ, ਖਾਣਾ ਪੀਣਾ ਕੁਛ, ਖਾਣਾ ਪੀਣਾ ਕੁਛ ਮੈਂ ਕਿਹਾ ਓਕੇ। ਉਹ ਕਿੱਥੇ ਲਿਖਿਆ ਹੋਇਆ, ਚਲੋ ਫਿਰ ਉੱਥੇ ਚੱਲਦੇ ਪਹਿਲਾਂ। ਇੱਥੋਂ ਸਾਰਾ ਵਿਊ ਕਿੰਨਾ ਘੈਂਟ ਲੱਗਦਾ ਨਾ, ਮੇਰੀ ਫੋਟੋ ਖਿੱਚੋ ਯਾਰ ਇੱਥੇ, ਹੈਨਾ। ਗੰਦਾ ਆ, ਬਹੁਤ ਜ਼ਿਆਦਾ ਗੰਦਾ ਆ, ਛੱਪੜ। ਚਲੋ ਇੱਥੇ ਮੇਰੀ ਫੋਟੋ ਖਿੱਚੋ ਗਾਈਸ। ਪਤਾ ਹੀ ਨਹੀਂ, ਘੁੰਮੀ ਜਾਂਦੇ ਆ, ਮਜ਼ਾ ਤੇ ਆ ਰਿਹਾ ਹੈ, ਪਰ ਰਾਈਡਾਂ ਬਿਨਾ ਥੋੜਾ ਉਹ ਹੋ ਗਿਆ ਆਪਣਾ। ਇੱਥੇ ਆਉਣ ਦਾ ਫਾਇਦਾ ਤੇ ਉਹੀ ਹੈ ਨਾ ਕਿ ਰਾਈਡਾਂ ਆਉਣ, ਪਰ ਉਹਦਾ ਨੇਚਰ ਬਹੁਤ ਸੋਹਣਾ ਆ ਰਿਹਾ ਪਿੱਛੇ। ਆਹ ਗੁੱਡੀ ਸਾਡੇ ਲਈ ਵਿਚਾਰੀ ਦੌੜਦੀ ਗਈ, ਰਾਈਡਾਂ ਨਹੀਂ ਮਿਲੀਆਂ ਵਿਚਾਰੀ ਬਿਨਾ ਬ੍ਰੇਕਾਂ ਤੋਂ। ਪਰ ਕਰੀਏ ਕਿ ਅਸਲ 'ਚ ਆਪਾਂ ਆਏ ਵੀ ਥੋੜਾ ਲੇਟ ਆ ਨਾ, ਨੈਕਸਟ ਟਾਈਮ ਜਦੋਂ ਆਵਾਂਗੇ ਨਾ ਆਪਾਂ ਸਵੇਰੇ 12 ਵਜੇ ਤੁਰ ਪਾਂਗੇ, 11-12 ਵਜੇ ਫੇਰ ਹੀ ਫਾਇਦਾ। ਪਰ ਇੱਕ ਗੱਲ ਇੱਥੇ ਮਾਹੌਲ ਬਹੁਤ ਘੈਂਟ ਆ, ਨਾਲੇ ਵਧੀਆ ਅੱਜ ਜਿਹੜੇ ਬਾਕੀ ਸੈਟ ਵੀਕਐਂਡ ਦੇ ਕੰਪੈਰੀਜ਼ਨ ਹੈ, ਅੱਜ ਰਸ਼ ਨਹੀਂ ਹੈ, ਅੱਜ ਲੱਗ ਨਹੀਂ ਰਿਹਾ ਕਿ ਸੰਡੇ ਆ, ਮਤਲਬ ਖਾਲੀ ਖਾਲੀ ਜਾਇਆ ਵਧੀਆ, ਥੋੜਾ ਬਹੁਤਾ ਰੌਣਕ ਮਿਲਦਾ, ਗੋਰੇ ਗੋਰੇ ਤੁਰੇ ਫਿਰਦੇ ਆ,
ਫਿਰ ਗਾਇਸ ਖਾਣਾ ਪੀਣਾ ਕੁਝ ਕਾਫੀ ਲੈ ਲਈਏ ਕਾਫੀ ਕਾਫੀ ਲੈਣੇ ਕਾ ਜਾਂ ਨਹੀਂ ਲੈਣੇ ਕਾ ਕੁਝ ਖਾਣੇ ਕਾ ਅੱਛਾ ਅਵਚਾਰੀ ਕਦੋਂ ਤੱਕ ਕਹਿ ਰਹੀ ਆ ਉਹ ਚਲੇ ਆ ਜਾਓ ਮੰਜ਼ਿਲ ਤੇ ਹੀ ਨਹੀਂ ਪਹੁੰਚੀ ਆ ਜਾਓ ਫਿਰ ਆਪਾਂ ਉੱਧਰ ਹੀ ਜਾ ਕੇ ਖਲੋਵਾਂਗੇ ਫੋਟੋ ਸ਼ੂਟ ਕਰਕੇ ਆਪਾਂ ਉੱਧਰ ਚੱਲਾਂਗੇ ਤੇ ਜਾਣਾ ਬੈਟਰ ਹੋਵੇਗਾ ਹਾਂਜੀ ਉੱਥੇ ਉੱਪਰ ਨਹੀਂ ਜਾਣਾ ਉੱਪਰ ਕਿੱਥੇ ਆਪੇ ਤਾਂ ਮਨਾ ਕੀਤਾ ਠੰਡਾ ਇਥੋਂ ਵਿਊ ਕਿੰਨਾ ਸੋਹਣਾ ਆ ਰਿਹਾ ਲੋਕੇਸ਼ਨ ਪਿੱਛੇ ਗੁੱਡੀ ਨੇ ਸਾਨੂੰ ਇੱਕ ਘੰਟਾ ਹੋ ਗਿਆ ਕਹਿ ਰਹੀ ਚਲੋ ਚਲੋ ਹਾਂਜੀ ਤੁਸੀਂ ਉੱਥੇ ਯੂ ਦੇ ਯੂ ਇੱਥੇ ਬਹਿ ਕੇ ਖਿੱਚੋ ਤੇ ਮੇਰੀ ਫੋਟੋ ਖਿੱਚੋ ਹਾਂ ਬਹੁਤ ਪਿਆਰਾ ਆਉਂਦਾ ਵਿਊ ਤੇ ਮੈਨੂੰ ਇਹਨਾਂ ਨੇ ਇੱਥੇ ਪੱਥਰ ਤੇ ਚੜਾਇਆ ਚੱਲ ਯਾਰ ਇਹਨਾਂ ਨੂੰ ਕੋਈ ਬੱਸ ਕਰੋ ਕਿੱਥੇ ਪਾਉਣੀ ਆ ਤੁਸੀਂ ਆਹੋ ਐਲਬਮ ਬਣਾਉਣੀ ਇਹਨਾਂ ਨੇ ਪੂਰੀ ਬਹੁਤ ਜ਼ਿਆਦਾ ਸੋਹਣਾ ਉੱਤੋਂ ਜਿਹੜੇ ਇਹਨਾਂ ਨੇ ਆ ਗਾਣੇ ਜਿਹੇ ਲਾਏ ਆ ਨਾ ਪੂਰਾ ਘੈਂਟ ਮਾਹੌਲ ਹੈ ਨਾ ਗਾਈਸ ਮਜ਼ਾ ਆਇਆ ਨਾ ਛੁੱਟੀ ਆਪਣੀ ਸਕਸੈਸ ਹੋ ਗਈ ਪਰ ਉਧਰੋਂ ਮੀਂਹ ਵੀ ਪੈ ਰਿਹਾ ਭਾਗਣਾ ਪੜੇਗਾ ਮੈਂ ਸ਼ੂਜ਼ ਲਾ ਕੇ ਭੱਜੂਗੀ ਇੱਕ ਤਾਂ ਤੁਹਾਡੀਆਂ ਹੀਲਾਂ ਸਾਹ ਨਹੀਂ ਲੈਂਦੀਆਂ ਤੇ ਸਿਰਫ ਮੈਂ ਹੀ ਪਾਈ ਆ ਆ ਗੁੱਡੀ ਨੇ ਵਧੀਆ ਸਨੀਕਰ ਪਾਏ ਯਾਰਾਂ ਨੇ ਵੀ ਜੁੱਤੀ ਪਾਈ ਆ ਭੱਜ ਸਕਦੇ ਆ ਇੱਥੇ ਵੀ ਫੋਟੋ ਖਿਚਾਣੀ ਆ ਕਿੰਨਾ ਸ਼ੂਟ ਹੋ ਗਿਆ ਅੱਜ ਗਾਈਸ ਯਾਰ ਉਹ ਫਰੇਮ ਚ ਫੋਟੋ ਕਰਾਈ ਉਹ ਕਿੱਡਾ ਘੈਂਟ ਆ ਕਿੱਥੇ ਚੱਲੇ ਹੁਣ ਸਿਮ ਚੱਲੇ ਚਾਹ ਚੂ ਚੱਕ ਲਿਆਓ ਯਾਰ ਲਿਓ ਲਿਓ ਜੋ ਪੀਣਾ ਲਿਓ ਗੱਗਾ ਓਏ ਮੇਰੀ ਸਮੋਲ ਸਟੀਵ ਟੀ ਲੈ ਡਬਲ ਡਬਲ ਤੁਸੀਂ ਆਪਣੇ ਦੋਨਾਂ ਦਾ ਜੋ ਲਿਆਉਣਾ ਲਿਓ ਕੀ ਲੈ ਆਏ ਹੋ ਮੇਰੀ ਕਿਹੜੀ ਆ ਆਹ ਕਿਹੜੀ ਆ ਆਹ ਵਾਲਾ ਸੇਫਟੀ ਨਾ ਨਾ ਖਾ ਲਓ ਮੈਂ ਨਹੀਂ ਖਾਣਾ ਨਾ ਨਾ ਕਿਉਂ ਡਾਇਟਿੰਗ 'ਤੇ
ਤੜਾ ਤੜ ਸਟ੍ਰੀਕਾਂ ਪੈ ਰਹੀਆਂ ਨੇ। ਹੈਲੋ ਸੋ ਇੱਥੇ ਤਾਂ ਹੋ ਗਿਆ ਜੀ ਸਾਰਾ ਕੁਛ ਕਲੋਜ਼, ਤੇ ਫੋਨਾਂ ਦੀਆਂ ਬੈਟਰੀਆਂ ਵੀ ਲੋਅ ਹੋ ਗਈਆਂ ਨੇ, ਤੇ ਸਾਡੀ ਬੈਟਰੀ ਵੀ ਲੋਅ ਹੋ ਗਈ ਹੁਣ ਤਾਂ। ਹਾਂ ਸੋ 8 ਵਜ ਗਿਆ ਪੂਰੇ, ਹਨਾ? ਹਾਂ 8 ਵਜ ਗਿਆ। ਕਿਆ ਹੋ ਗਿਆ ਹੁਣ ਤਾਂ ਜਲਦੀ ਘਰ। ਸੋ ਹੁਣ ਘਰ ਜਾ ਕੇ ਸਵੇਰ ਦੀ ਟੈਨਸ਼ਨ ਆ, ਸਵੇਰੇ ਫਿਰ ਕੰਮ ਤੇ ਵਾਪਸ। ਹੋਰ ਵਧੀਆ, ਪਰ ਅੱਜ ਦਿਨ ਬਹੁਤ ਵਧੀਆ ਸਪੈਂਡ ਜਾ ਹੋ ਗਿਆ, ਤੇ ਕਾਫੀ ਟਾਈਮ ਬਾਅਦ ਵਲੌਗ ਕਰਨ ਦੀ ਇੱਛਾ ਸੀ ਉਹ ਵੀ ਹੋ ਗਈ। ਨਹੀਂ ਪਰ ਹੁਣ ਸੱਚੀ ਕਰਿਆ ਕਰਾਂਗੇ ਬੈਕ ਟੂ ਵਲੌਗਿੰਗ ਕੰਫੀਡੈਂਸ। ਸੋ ਇੱਕ ਦੋ ਚੀਜ਼ਾਂ ਆ ਰਹੀਆਂ ਨੇ ਘੈਂਟ ਘੈਂਟ, ਉਹ ਤੁਹਾਨੂੰ ਆਉਣ ਵਾਲੇ ਵਲੌਗ 'ਚ ਪਤਾ ਲੱਗੂਗਾ। ਸੋ ਵਧੀਆ ਵਧੀਆ ਵਲੌਗਸ ਆਪਾਂ ਹੁਣ ਬਣਾਇਆ ਕਰਾਂਗੇ ਤੁਹਾਡੇ ਲਈ, ਅਤੇ ਤੁਸੀਂ ਹੁਣ ਦੁਬਾਰਾ ਜੁੜ ਜਾਓ ਫਿਰ ਸਾਡੇ ਨਾਲ। ਅਤੇ ਹੁਣ ਆਪਾਂ ਜਾ ਰਹੇ ਹਾਂ ਗੱਡੀ ਵੱਲ, ਪਹਿਲਾਂ ਗੱਡੀ ਗੁੱਡੀ ਸਟਾਰਟ ਕਰ ਲਈਏ। ਅਤੇ ਬਾਕੀ ਹੁਣ ਇੱਥੇ ਵੀ ਸਾਰੀ ਕਲੋਜ਼ਿੰਗ ਟਾਈਮ ਆ, ਆਲਮੋਸਟ ਦੁਕਾਨਾਂ ਬੰਦ ਹੋਈ ਜਾਂਦੀਆਂ ਨੇ ਸਾਰੀਆਂ। ਕਿਵੇਂ ਰਿਹਾ ਗਾਈਸ? ਵਧੀਆ। ਇੱਧਰ ਲੱਗੀ ਆ, ਚਲੋ ਗਲਤ ਰਸਤੇ ਪੈ ਗਏ। ਸੌਰੀ ਸੌਰੀ ਸੌਰੀ, ਚਲੋ ਚਲੋ। ਸੋ ਬਾਏ ਬਾਏ ਬਲੂ ਮਾਊਂਟੇਨ, ਹੁਣ ਆਪਾਂ ਚੱਲੀਏ ਘਰਾਂ ਨੂੰ। ਚਲੋ ਜੀ, ਛੇਤੀ ਕੀਤਾ ਜਿੱਦਾਂ ਤੁਹਾਨੂੰ ਨਾਇਗਰਾ ਦਾ ਕਿਹਾ ਸੀ, ਹੁਣ ਤੁਸੀਂ ਛੇਤੀ ਕੀਤਾ, ਇੱਥੇ ਦੀ ਵੀ ਜਿੱਦ ਨਹੀਂ ਕਰਨੀ। ਨਹੀਂ ਇੱਥੇ ਤਾਂ ਤੂੰ ਲੈ ਕੇ ਆਈ ਆ, ਤੂੰ ਵੀ ਮੈਨੂੰ ਸਵੇਰੇ ਕਿਹਾ ਸੀ ਆਪਾਂ ਬਲੂ ਮਾਊਂਟੇਨ ਚੱਲਦੇ ਆ। ਡਿਮਾਂਡ ਤੁਹਾਡੀ ਸੀ। ਹਾਂ ਪਰ ਵਧੀਆ ਵਧੀਆ ਰਿਹਾ ਕਿ ਨਹੀਂ? ਵਧੀਆ ਸੀਗਾ, ਹਨਾ? ਘੁੰਮੇ ਫਿਰੇ ਆ, ਹੋਰ ਕੀ ਚਾਹੀਦਾ? ਹੁਣ ਅਸੀਂ ਲੌਂਗ ਵੀਕਐਂਡ ਤੇ ਆਊਟ ਆਫ ਜਾਣਾ ਕਿਤੇ, ਬਾਅਦ ਵਲੌਗ ਚ ਦੱਸਾਂਗੇ। ਚਲੋ ਥੈਂਕ ਯੂ ਸੋ ਮਚ। ਓਕੇ ਗਾਈਸ, ਬਾਏ ਬਾਏ। ਮੈਨੂੰ ਤੇ ਅੰਦਰ ਆ ਲੈਣਾ। ਅੱਛਾ ਲੋਕ ਆ ਜਾ। ਯਾ ਓਕੇ ਜੀ, ਠੀਕ ਹੈ ਜੀ, ਬਾਏ ਬਾਏ। ਓਕੇ ਬਾਏ ਬਾਏ, ਗੁੱਡ ਨਾਈਟ। ਖਿਆਲ ਨਾਲ ਜਾਇਓ, ਮੈਸੇਜ ਕਰ ਦਿਓ ਪਹੁੰਚ ਕੇ। ਅੱਛਾ ਹਰਪ੍ਰੀਤ ਜੀ, ਹਮ ਆਪਕੋ ਯੇ ਇਸ ਲਈ ਬੋਲਤੇ ਹੈ ਕਿਉਂਕਿ ਤੁਸੀਂ ਇਕੱਲੇ ਆਉਨੇ ਹੋ, ਅਸੀਂ ਦੁਕੱਲੇ ਜਾ ਰਹੇ ਹਾਂ। ਦੁਕੱਲੇ ਮੈਂ ਸ਼ੁਰੂ ਲੈ ਕਰ ਰਹੀ ਹਾਂ, ਕਿ ਬਾਏ ਕਹਿ ਦੂੰਗੀ ਨਾ ਤਾਂ ਦੇਖ ਜੇ ਹਰਪ੍ਰੀਤ ਜੀ। ਠੀਕ ਹੈ, ਓਕੇ ਜੀ, ਓਕੇ ਜੀ, ਚਲੋ ਬਾਏ। ਚਲੋ ਓਕੇ ਜੀ, ਧਿਆਨ ਰੱਖਿਓ, ਮਿਲਦੇ ਆ। ਜਿੱਦਣ ਵੀ ਜਿਮ ਦਾ ਪਲਾਨ ਹੋਇਆ ਲੈਟ ਮੀ ਨੋ, ਜਿਮ ਜਾਵਾਂਗੇ ਤੇ ਤੁਸੀਂ ਦੋਨੋਂ ਪੂਰੇ ਤਿਆਰ ਹੋਇਓ। ਸੋ ਸਾਰਾ ਘੁੰਮ ਫਿਰ ਕੇ ਆਪਾਂ ਆ ਗਏ ਆ ਘਰ, ਤੇ ਰਾਤ ਦੇ ਵੱਜ ਗਏ ਆਪਣੇ 11:15, ਤੇ ਹਜੇ ਆਪਾਂ ਰੋਟੀ ਪਾਣੀ ਵੀ ਕਰਨਾ। ਹੁਣ ਖਾਣਾ ਕੀ ਦੱਸ? ਰਾਜਮਾ ਬਣੇ ਪਏ ਖਾਣੀ, ਫੁਲਕਾ ਖਾਣਾ, ਉਹ ਖਾਣਾ ਸਵੇਰ ਵਾਸਤੇ ਭੁਰਜੀ ਬਣਾ ਲੈਂਦੇ ਆ। ਸੋ ਬਾਕੀ ਇਹ ਹੈ ਕਿ ਕਾਫੀ ਟਾਈਮ ਬਾਅਦ ਵਲੌਗ ਆ ਰਿਹਾ, ਸੋ ਸਾਰਿਆਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਉਹਨਾਂ ਨੂੰ ਸੋਰੀ, ਕਿਉਂਕਿ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਕਵਰ ਅਪ ਕਰ ਰਹੇ ਸੀ, ਸੋ ਸਾਨੂੰ ਵੀ ਉਸ ਚੀਜ਼ ਨੂੰ ਟਾਈਮ ਚਾਹੀਦਾ ਸੀ। ਲਾਈਫ ਦੇ ਵਿੱਚ ਬਹੁਤ ਕੁਛ ਚੇਂਜ ਹੋਇਆ, ਸੋ ਤੁਹਾਨੂੰ ਉਹ ਵੀ ਆਉਣ ਵਾਲੇ ਵਲੌਗਸ ਦੇ ਵਿੱਚ ਦਿਖਾਵਾਂਗੇ, ਹਨਾ? ਅਰਸ਼ ਦੀ ਜੌਬ ਚੇਂਜ ਹੋਈ ਆ, ਮਤਲਬ ਜੌਬ ਉਹੀ ਆ ਪਰ ਅਰਸ਼ ਦੀ ਪੋਜੀਸ਼ਨ, ਅਰਸ਼ ਦਾ ਜਿਹੜੀ ਲੋਕੇਸ਼ਨ ਆ, ਸਾਰਾ ਕੁਛ ਚੇਂਜ ਆ। ਸਾਰਾ ਕੁਛ ਨਵਾਂ ਸਿੱਖਣ ਚ ਇੱਕ ਜਮਾ ਰਿਸਪੋਨਸਿਬਿਲਿਟੀਜ਼ ਐਂਡ ਜੌਬ ਰੋਲਸ ਬਿਲਕੁਲ ਚੇਂਜ ਹੋ ਗਏ, ਸੋ ਸਾਰਾ ਕੁਝ ਸਿੱਖਣ ਲਈ ਮੈਨੂੰ ਟਾਈਮ ਵੀ ਚਾਹੀਦਾ ਸੀ, ਪਲੱਸ ਦਿਮਾਗ ਵੀ ਚਾਹੀਦਾ ਸੀ। ਸੋ ਉਹਦੇ ਚ ਐਵੇਂ ਸੀ ਕਿ ਮੈਨੂੰ ਵਿਹਲਾ ਟਾਈਮ ਕੁਝ ਮਿਲਦਾ ਵੀ ਸੀ, ਮੈਨੂੰ ਉਹ ਕੰਮ ਨੂੰ ਰੈਸਟ ਪਲੱਸ ਕੰਮ ਨੂੰ ਦੇਣਾ ਪੈਂਦਾ ਸੀ। ਸੋ ਹੁਣ ਇਹੀ ਆ, ਹੁਣ ਅੱਜ ਤੋਂ ਜਿਹੜੇ ਵੀ ਸਾਡੇ ਵਲੌਗਸ ਆ ਹੁਣ ਤੁਹਾਨੂੰ ਰੈਗੂਲਰ ਮਿਲਣਗੇ, ਤੇ ਕੋਸ਼ਿਸ਼ ਕਰਾਂਗੇ ਵੀਕ ਦੇ ਵਿੱਚ 2 ਜਾਂ 3 ਵਲੌਗਸ ਤੁਹਾਨੂੰ ਦਈਏ। ਤੇ ਕਿਉਂਕਿ ਆਪਾਂ ਜਿੰਨੇ ਵੀ ਹੁਣ ਕਮੈਂਟ ਆਉਂਦੇ, ਹੁਣ ਤਾਂ ਸਾਡੇ ਸਾਰੇ ਫੈਨ ਗੁੱਸੇ ਨਾਲ ਬੋਲਦੇ ਆ ਯਾਰ ਜੇ ਨਹੀਂ ਪਾਣਾ ਦੱਸ ਆਪਾਂ ਵੇਟ ਨਾ ਕਰੀਏ। ਸੋ ਬਾਕੀ ਅੱਜ ਦੇ ਸੋ ਅੱਜ ਦੇ ਵਲੌਗ ਨੂੰ ਵੀ ਇੱਦਾਂ ਹੀ ਪਿਆਰ ਦਿਓ ਤੇ ਦੱਸਿਓ। ਅੱਜ ਵੀ ਆਪਾਂ ਪੂਰਾ ਰੈਂਡਮ ਵਲੌਗ ਬਣਾਇਆ ਆ,
ਹੌਲੀ ਹੌਲੀ ਬੈਕ ਟੂ ਬੇਸਿਕ ਆ ਰਹੇ ਆਪਾਂ, ਸੋ ਤੁਸੀਂ ਏਦਾਂ ਹੀ ਪਿਆਰ ਦਿਓ ਤੇ ਮਿਲਦੇ ਰਹਾਂਗੇ ਬਾਕੀ ਇੰਸਟਾਗ੍ਰਾਮ ਐਂਡ ਕੋਸ਼ਿਸ਼ ਰੱਖਾਂਗੇ ਕਿ ਅਰਸ਼ ਦੇ ਨੈਕਸਟ ਵਲੌਗ ਅਰਸ਼ ਦੇ ਕੰਮ ਤੇ ਬਣਾਈਏ ਕਿ ਅਰਸ਼ ਕਿੱਥੇ ਸੀ 2 ਮਹੀਨੇ ਕਿਉਂ ਆਪਾਂ ਲੇਟ ਹੋਏ ਆ ਵਲੌਗਾਂ ਚ। ਬਾਕੀ ਤੁਸੀਂ ਇੰਸਟਾਗ੍ਰਾਮ ਤੇ ਏਦਾਂ ਹੀ ਚੈੱਕ ਆਊਟ ਕਰ ਸਕਦੇ ਹੋ, ਉੱਥੇ ਅਸੀਂ ਕੰਟੈਂਟ ਪੋਸਟ ਕਰਦੇ ਰਹਿੰਦੇ ਆ, ਸਾਡੇ ਬਹੁਤ ਸੋਹਣੇ ਸੋਹਣੇ ਸ਼ੂਟਸ ਵੀ ਹੋਏ ਆ ਪਿੱਛੇ ਜੇ, ਸੋ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਕਾਫੀ ਟਾਈਮ ਦਿੱਤਾ, ਸੋ ਉਹ ਵੀ ਵਧੀਆ ਵਧੀਆ ਸ਼ੂਟਸ ਸੀਗੇ, ਤੁਸੀਂ ਫੋਟੋਜ਼ ਵੀਡੀਓਜ਼ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਇੰਸਟਾਗ੍ਰਾਮ ਤੇ, ਚੈਨਲ ਸਕਰੀਨ ਤੇ ਤੁਹਾਨੂੰ ਮੈਂਸ਼ਨ ਕਰ ਦਾਂਗੇ ਤੇ ਬਾਕੀ ਸਾਨੂੰ ਸਨੈਪਚੈਟ ਤੇ ਵੀ ਫੋਲੋ ਕਰ ਲਓ। ਹਾਂਜੀ, ਬਾਕੀ ਸੋ ਤੁਹਾਨੂੰ ਮਿਲਦੇ ਹਾਂ ਹੁਣ ਨੈਕਸਟ ਵਲੌਗ ਦੇ ਵਿੱਚ, ਹੋਪ ਕਰਦੇ ਹਾਂ ਵਧੀਆ ਲੱਗਾ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਜੇ ਤੱਕ ਜਿਨ੍ਹਾਂ ਨੇ ਨਹੀਂ ਕੀਤਾ, ਕਿਉਂਕਿ ਹੁਣ ਕੈਂਡ ਕੈਂਡ ਵਲੌਗ ਆਉਣਗੇ। ਠੀਕ ਹੈ, ਚਲੋ ਬਾਏ, ਟੇਕ ਕੇਅਰ, ਲਵ ਯੂ ਗਾਇਜ਼, ਸੀ ਯੂ ਨੈਕਸਟ, ਬਾਏ ਬਾਏ ਗਾਇਜ਼, ਜਲਦੀ ਜਲਦੀ, ਓਕੇ, ਮਿਲਦੇ ਹਾਂ।